ਅਵਾਰਡ ਮਿਲਿਆ, ਤੁਹਾਡੇ ਮੁਤਾਬਕ ਉਹਨੂੰ ਮਿਲਣਾ ਚਾਹੀਦਾ ਕਿ ਨਹੀਂ? ਦੇਖੋ, ਆਦਰਸ਼ ਮੁੱਖ ਮੰਤਰੀ ਅਵਾਰਡ ਜ਼ਰੂਰ ਮਿਲਣਾ ਚਾਹੀਦਾ ਜੇਕਰ ਉਹਨਾਂ ਨੇ ਜਿੰਨੇ ਵਾਅਦੇ ਕੀਤੇ ਪੂਰੇ ਕੀਤੇ ਹੋਣ ਤਾਂ। ਜੇਕਰ ਮਤਲਬ ਚਾਹੇ ਮੁੱਖ ਮੰਤਰੀ ਹੈ ਚਾਹੇ ਪ੍ਰਾਈਮ ਮਿਨਿਸਟਰ ਹੈ, ਜੇ ਕੋਈ ਵਾਅਦਾ ਕਿਸੇ ਪੂਰੇ ਨਹੀਂ ਕਰਦਾ ਤਾਂ ਉਹਦਾ ਮੇਰਾ ਖਿਆਲ ਹੈ ਕੋਈ ਹੱਕ ਨਹੀਂ ਬਣਦਾ। ਆਦਰਸ਼ ਮੁੱਖ ਮੰਤਰੀ ਦਾ ਅਵਾਰਡ ਮਿਲਿਆ, ਤੁਹਾਨੂੰ ਕੀ ਲੱਗਦਾ ਆਦਰਸ਼ ਮੁੱਖ ਮੰਤਰੀ ਦਾ ਅਵਾਰਡ ਜਾਇਜ਼ ਮਿਲਿਆ ਜੀ? ਜਿਹੜੇ ਵੀ ਕਿਸੇ ਵੀ ਖੇਤਰ ਦੇ ਵਿੱਚ ਕੋਈ ਵਿਅਕਤੀ ਨਿਮਾਣਾ ਘੱਟਦਾ, ਲੋਕਾਂ ਦੇ ਸਮਾਜ ਦੀਆਂ ਕਸਵੱਟੀਆਂ ਦੇ ਖਰਾ ਉਤਰਦਾ, ਉਹਨੂੰ ਸਰਕਾਰ ਵੱਲੋਂ ਅਤੇ ਸੰਸਥਾਵਾਂ ਵੱਲੋਂ ਅਵਾਰਡ ਦਿੱਤੇ ਜਾਂਦੇ ਨੇ। ਪੜ੍ਹਦੇ ਹਾਂ ਕਾਂਗਰਸ ਦੇ ਮੰਤਰੀ, ਕਾਂਗਰਸ ਦੇ MLA ਅਤੇ ਕਾਂਗਰਸ ਦੇ ਵਰਕਰ ਵੀ ਕਾਂਗਰਸ ਦੀ ਸਰਕਾਰ ਤੋਂ ਕੁਛ ਨਹੀਂ, ਆਪਣੇ ਘਰ ਜਾਂ ਆਪਣੇ ਸ਼ਹਿਰ ਜਾਂ ਆਪਣੇ ਪਿੰਡ ਦਾ ਵਿਕਾਸ ਜਾਂ ਵਾਅਦੇ ਨਾ ਪੂਰੇ ਕਰ ਸਕੇ ਉਹ ਅਵਾਰਡ ਦਾ ਹੱਕਦਾਰ ਨਹੀਂ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਆਦਰਸ਼ ਮੁੱਖ ਮੰਤਰੀ ਦਾ ਅਵਾਰਡ ਮਿਲਿਆ, ਤੁਹਾਡੇ ਮੁਤਾਬਕ ਉਹਨੂੰ ਮਿਲਣਾ ਚਾਹੀਦਾ ਕਿ ਨਹੀਂ? ਦੇਖੋ, ਆਦਰਸ਼ ਮੁੱਖ ਮੰਤਰੀ ਅਵਾਰਡ ਜ਼ਰੂਰ ਮਿਲਣਾ ਚਾਹੀਦਾ ਜੇਕਰ ਉਹਨਾਂ ਨੇ ਜਿੰਨੇ ਵਾਅਦੇ ਕੀਤੇ ਪੂਰੇ ਕੀਤੇ ਹੋਣ ਤਾਂ। ਜੇਕਰ ਮਤਲਬ ਚਾਹੇ ਮੁੱਖ ਮੰਤਰੀ ਹੈ ਚਾਹੇ ਪ੍ਰਾਈਮ ਮਿਨਿਸਟਰ ਹੈ, ਜੇ ਕੋਈ ਵਾਅਦਾ ਕਿਸੇ ਪੂਰੇ ਨਹੀਂ ਕਰਦਾ ਤਾਂ ਉਹਦਾ ਮੇਰਾ ਖਿਆਲ ਹੈ ਕੋਈ ਹੱਕ ਨਹੀਂ ਬਣਦਾ। ਬਾਕੀ ਆਪਣੇ ਆਪ ਜੋ ਮਰਜ਼ੀ, ਅਗਰ ਜਨਤਾ ਚਾਹੁੰਦੀ ਹੈ, ਜਨਤਾ ਨੂੰ ਪਤਾ ਲੱਗੇ ਕਿ ਸਾਡੇ ਸਾਰੇ ਕੰਮ ਵਾਅਦੇ ਪੂਰੇ ਕੀਤੇ, ਚਾਹ ਮਤਲਬ ਜੇ 100 ਵਾਅਦੇ ਕੀਤੇ 50 ਵੀ ਹੋਏ ਤਾਂ ਵੀ ਉਹ ਹੱਕਦਾਰ ਨੇ, ਜੇ 100 ਵਾਅਦੇ ਕੀਤੇ ਜੇ 10 ਵੀ ਨਹੀਂ ਹੋਏ ਤਾਂ ਫਿਰ ਮੇਰਾ ਖਿਆਲ ਵੀ ਕੋਈ। ਆਦਰਸ਼ ਮੁੱਖ ਮੰਤਰੀ ਦਾ ਅਵਾਰਡ ਮਿਲਿਆ, ਤੁਹਾਨੂੰ ਕੀ ਲੱਗਦਾ ਆਦਰਸ਼ ਮੁੱਖ ਮੰਤਰੀ ਦਾ ਅਵਾਰਡ ਜਾਇਜ਼ ਮਿਲਿਆ ਜੀ? ਜਿਹੜੇ ਵੀ ਕਿਸੇ ਵੀ ਖੇਤਰ ਦੇ ਵਿੱਚ ਕੋਈ ਵਿਅਕਤੀ ਨਿਮਾਣਾ ਘੱਟਦਾ, ਲੋਕਾਂ ਦੇ ਸਮਾਜ ਦੀਆਂ ਕਸਵੱਟੀਆਂ ਦੇ ਖਰਾ ਉਤਰਦਾ, ਉਹਨੂੰ ਸਰਕਾਰ ਵੱਲੋਂ ਅਤੇ ਸੰਸਥਾਵਾਂ ਵੱਲੋਂ ਅਵਾਰਡ ਦਿੱਤੇ ਜਾਂਦੇ ਨੇ। ਪਰ ਬੜੇ ਅਫਸੋਸ ਅਤੇ ਦੁੱਖ ਦੀ ਗੱਲ ਆ, ਪੰਜਾਬ 'ਚ ਸਰਕਾਰ ਆਈ ਨੂੰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਪੰਜਾਬ ਦਾ ਕੋਈ ਵੀ ਵਰਗ ਸਰਕਾਰ ਦੀ ਕਾਰਜਗਾਰੀ ਤੋਂ ਖੁਸ਼ ਤਾਂ ਕੀ ਹੋਣਾ। ਤੁਸੀਂ ਆਪਾਂ ਸਾਰੇ ਰੋਜ਼ ਬਿਆਨ ਪੜ੍ਹਦੇ ਹਾਂ ਕਾਂਗਰਸ ਦੇ ਮੰਤਰੀ, ਕਾਂਗਰਸ ਦੇ MLA ਅਤੇ ਕਾਂਗਰਸ ਦੇ ਵਰਕਰ ਵੀ ਕਾਂਗਰਸ ਦੀ ਸਰਕਾਰ ਤੋਂ ਕੁਛ ਨਹੀਂ, ਪੰਜਾਬੀਆਂ ਦਾ ਤਾਂ ਕੀ ਭਲਾ। ਕਰਨਾ ਕਾਂਗਰਸ ਦੀ ਸਰਕਾਰ ਕੀ ਲੱਗਦਾ ਹੈ ਵੀ ਸਰਕਾਰ ਲੋਕਾਂ ਤੋਂ ਆਪ ਮੁਹਾਰੇ ਹੋ ਕੇ ਆਪਣੇ ਆਪ ਨੂੰ ਅਵਾਰਡ ਦੇ ਰਹੀ ਆ, ਇਸ ਨੀਤੀ ਨੂੰ ਕੀ ਕਹੀਏ? ਦੇਖੋ ਜੀ, ਮੈਂ ਪਹਿਲਾਂ ਵੀ ਅਵਾਰਡ ਦੀ ਗੱਲ ਕਰੀ ਆ, ਇਹ ਤਾਂ ਕਾਰਜਗਾਰੀਆਂ ਤੈਅ ਹੁੰਦੀਆਂ ਨੇ ਜੋ ਕਰਦਾ, ਵੱਖ ਵੱਖ ਖੇਤਰਾਂ 'ਚ ਪਲਾਂਘਾ ਪੜਦਾ ਅਵਾਰਡ ਮਿਲਦੇ ਨੇ। ਮੈਨੂੰ ਤਾਂ ਇਹਦੇ ਵਿੱਚ ਕੋਈ ਖਾਸ ਗੱਲ ਲੱਗਦੀ, ਜਿਹੜਾ ਵਿਅਕਤੀ ਆਪਣੇ ਘਰ ਜਾਂ ਆਪਣੇ ਸ਼ਹਿਰ ਜਾਂ ਆਪਣੇ ਪਿੰਡ ਦਾ ਵਿਕਾਸ ਜਾਂ ਵਾਅਦੇ ਨਾ ਪੂਰੇ ਕਰ ਸਕੇ ਉਹ ਅਵਾਰਡ ਦਾ ਹੱਕਦਾਰ ਨਹੀਂ ਹੋ ਸਕਦਾ। ਆਪਾਂ ਸਾਰੇ ਪਟਿਆਲੇ ਦੇ ਰਹਿਣ ਵਾਲੇ ਹੀ ਹਾਂ। ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਤੁਹਾਡੇ ਪ੍ਰੈਸ ਦੇ ਜ਼ਰੀਏ ਧਿਆਨ 'ਚ ਲਿਆਉਣਾ ਚਾਹੁੰਦਾ, ਮੁੱਖ ਮੰਤਰੀ ਦੇ ਮਹਿਲ ਤੋਂ ਸ਼ੁਰੂ ਹੋ ਕੇ 37 ਨੰਬਰ ਡਿਸਟ੍ਰਿਕਟ ਰੋਡ, ਜਿਸ ਸੜਕ ਦੀ ਮਿਆਦ 2018-19 ਦੇ ਵਿੱਚ ਪੂਰੀ ਹੋ ਚੁੱਕੀ ਆ, ਪਿਛਲੇ ਦਿਨੀ ਮਹਾਰਾਣੀ ਪ੍ਰਨੀਤ ਕੌਰ ਨੇ ਬੜੇ ਵੱਡੇ ਦਾਅਵੇ ਦੇ ਨਾਲ ਅਖਬਾਰ ਦੇ ਵਿੱਚ ਕਿਹਾ ਵੀ ਅਸੀਂ ਇਹ ਸੜਕ ਜੋ ਪਟਿਆਲੇ ਦੇ ਮਿੰਨੀ ਬਾਈਪਾਸ ਕਰਕੇ ਜਾਣੀ ਜਾਂਦੀ ਆ, ਇਸ ਸੜਕ ਦੇ ਉੱਪਰੋਂ ਹੀ ਮਹਾਰਾਜਾ ਆਪਣੇ ਸਪੁੱਤਰ ਰਣਿੰਦਰ ਸਿੰਘ ਟਿੱਕੂ ਦਾ ਸ਼ੂਟਿੰਗ ਰੇਂਜ ਵੀ ਹੈ, ਉਸ 'ਤੇ ਬਹੁਤ VIP ਦਾ ਸੜਕ 'ਤੇ ਆਉਣਾ ਜਾਣਾ। ਇੱਥੇ ਮੇਰਾ ਖਿਆਲ ਹੈ ਵੀ ਕੋਈ ਕੰਮ ਕਰ ਨਾ ਬਰਾਬਰ ਹੀ ਹੈ, ਇਹ ਵੀ ਸੜਕਾਂ ਸੁੜਕਾਂ ਪੜਦੇ ਨੇ ਬਲਾਉਂਦੇ ਨੇ, ਪੜਨ ਦੇ ਬਲਾਉਂਦੇ ਨੇ, ਔਰ ਕੋਈ ਖਾਸ ਗੱਲ ਨਹੀਂ ਹੈ। ਕੋਈ ਇਹਨਾਂ ਜਿੰਨੇ ਲੋਕਾਂ ਨੂੰ ਉਮੀਦ ਸੀ ਵੀ ਮੁੱਖ ਮੰਤਰੀ ਸਾਹਿਬ ਆਪਣੇ ਬਹੁਤ ਕੁਛ ਕਰਨਗੇ, ਸਾਨੂੰ ਵੀ ਉਮੀਦ ਸੀ ਪ੍ਰੋਪਰਟੀ ਦੇ ਕੰਮ ਚੱਲੇਗਾ, ਹੋਰ ਚੱਲੇਗਾ, ਹੁਣ ਨਾ ਕਿਸੇ ਨੂੰ ਪੈਨਸ਼ਨ ਮਿਲਦੀ ਹੈ, ਨਾ ਕਿਸੇ ਨੂੰ ਆਪਣੇ ਸੜਕਾਂ 'ਤੇ ਸਾਰੇ ਲੋਕ ਉੱਤੇ ਹੋਏ ਹਨ, ਔਰ ਨਾ ਹੀ ਕੋਈ ਕਿਸੇ ਨੂੰ ਹੋਰ ਡਿਵੈਲਪਮੈਂਟ ਹੋ ਰਹੀ ਹੈ, ਕਿਉਂਕਿ ਹਰ ਰੋਜ਼ ਤਾਂ ਧਰਨੇ ਲੱਗੇ ਰਹਿੰਦੇ ਹਨ।